ਪੂਰਾ ਘਰਾ ਕਢਾਓ ਸਾਡੇ ਲਈ ਆ ਕੀਤੀ ਗਈ ਟੇਕ ਬੜੀ ਜਿਹੜਾ ਡੂੰਗਾ ਕਰਕੇ ਉਹ ਨਰਕ ਬਣੀ ਜਾਂਦਾ ਬਸ ਉਹ ਜਾਂ ਅੱਗੇ ਡੂੰਗੀ ਜਗ੍ਹਾ ਹੋਵੇ ਨਾ ਇਹਦੇ ਕੋਲ ਫਿਰ ਡੂੰਗਾ ਕਰਨਾ ਇਹਦੇ ਪਾਣੀ ਹੁੰਦੀ ਔਰ ਯਹਾਂ ਆਜ 4.5 ਲੱਖ ਰੁਪਏ ਕਾ ਜੋ ਹਮੇ ਨਏ ਸਾਲ ਮੇ ਆਜ ਉਦਘਾਟਨ ਕੀਆ ਗਿਆ ਵਾਰਡ ਨੰਬਰ 10 ਕੇ ਹਮਾਰੇ ਕੌਂਸਲਰ ਅਜੇ ਜੀ ਅਜੇ ਸਿੰਘ ਜੀ ਹਮਾਰੇ ਜੋ ਮੰਡਲ ਪ੍ਰੈਜੀਡੈਂਟ ਹੈ ਵੋ ਹੈ ਵਿਦਿਆ ਸਾਗਰ ਜੀ ਹੈ ਬਿੱਟੂ ਜੀ ਹੈ ਤਮਾਮ ਸਾਰੇ ਸਾਥੀ ਔਰ ਇਸ ਮੁਹੱਲੇ ਕੇ ਆਜ ਜੇ ਜੋ ਉਦਘਾਟਨ ਕੀਆ ਗਿਆ ਇਹ ਸ਼ਹਿਰ ਕਾ ਅੱਜ ਨਿਆ ਦਿਨ ਮੈਂ ਪੂਰੇ ਸ਼ਹਿਰ ਵਾਸੀਓ ਕੋ ਆਪਕੇ ਮਾਧਿਅਮ ਸੇ ਅਪੀਲ ਕਰਤਾ ਹੂੰ ਕਿ ਇਸ ਸਾਲ ਹਮ ਪਿਛਲੇ ਸਾਲ ਸੇ ਵੀ ਡਬਲ ਕਾਮ ਕਰਵਾਏਂਗੇ ਔਰ ਅੱਛੇ ਜੋ ਲੋਕ ਬੜੇ ਲੋਕ ਮੁਝੇ ਪਤਾ ਹੈ ਪਰੇਸ਼ਾਨ ਹੈ ਜਿਨਕੀ ਗਲੀਆਂ ਨਹੀਂ ਹੈ ਮੈਂ ਉਨਕੋ ਵੀ ਯਕੀਨ ਕੇ ਸਾਥ ਕਹਿਤਾ ਹੂੰ ਇਸ ਸਾਲ ਉਨ ਲੋਕੋ ਕੇ ਵੀ ਬਾਰੀ ਆ ਜਾਏਗੀ ਔਰ ਮੈਂ ਸ਼ਹਿਰ ਕੇ ਵਿਕਾਸ ਕੇ ਲੀਏ ਦਿਨ ਰਾਤ ਮਿਹਨਤ ਕਰਨੇ ਲਗੇ ਹੈ ਔਰ ਪੂਰੀ ਕੌਂਸਲ ਕੀ ਟੀਮ ਵੀ ਹਮਾਰੀ ਆਪਣੇ ਆਪਣੇ ਜਿਤਨੇ ਵਾਰਡ ਮੈਂਬਰ ਹੈ ਸਭ ਮਿਹਨਤ ਕਰ ਰਹੇ ਹੈ ਔਰ ਸਭ ਪ੍ਰੋਜੈਕਟ ਬਣਾ ਕੇ ਐਸਟੀਮੇਟ ਬਣਾ ਕੇ ਵੋ ਮੁਝੇ ਦੇ ਰਹੇ ਹੈ ਤੋ ਉਹ ਇਸ ਸਾਲ ਸਭ ਲੋਕੋ ਕੇ ਕਾਮ ਧੰਨਵਾਦ ਅੱਜ ਸਾਡੀ ਗਲੀ ਦਾ ਪ੍ਰਧਾਨ ਨੇ ਉਦਘਾਟਨ ਕੀਤਾ ਹੈ ਮੈਂ ਪ੍ਰਧਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਔਰ ਮੈਂ ਲੋਕੀ ਵੀ ਮੁਬਾਰਕ ਦਿੰਦਾ ਕਿ ਅੱਜ ਇੱਕ ਹੋਰ ਨਵਾਂ ਤੋਹਫਾ ਮਿਲੀ ਹੈ ਨਵੇਂ ਸਾਲ ਵਾਲੇ ਦਿਨ ਪਹਿਲੇ ਦਿਨ ਹੀ ਤੋਹਫਾ ਮਿਲੀ ਹੈ ਇਹਦੇ ਕੰਡਾ ਕੰਡਾ ਦੋ ਚਾਰ ਗਲੀਆਂ ਹੋਰ ਵੀ ਹੈ ਜਿੱਦਾਂ ਇਹ ਬੜੀ ਜਲਦੀ ਕੰਮ ਸ਼ੁਰੂ ਕਰਨ ਵਾਲੇ ਹੈ ਕਿ ਬੜੀ ਅੱਛੀ ਤਰ੍ਹਾਂ ਕਰਦਾ ਹੁਣ ਜਿਹੜੀ ਹੈ ਸਾਡੀ ਕੌਂਸਲ ਡਿਪਾਰਟਮੈਂਟ ਉਹ ਆ ਰਹੀ ਹੈ ਔਰ ਅਸੀਂ ਵੀ ਇੱਕ ਮੀਟਿੰਗ ਕੀਤੀ ਸੀ ਇੱਕ ਪਲਾਨ ਬਣਾਇਆ ਹੈ ਕਿ ਜਿੱਦਾਂ ਨਵਾਂ ਸਾਲ ਆ ਸਾਡਾ ਡਬਲ ਸ਼ਿਫਟ 'ਚ ਕੰਮ ਹੋਊਗਾ ਵਿਕਾਸ ਦਾ ਤੁਹਾਨੂੰ ਪਤਾ ਹੈ ਕਿ ਕਠੂਏ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਕੰਮ ਲੱਗਦਾ ਹੈ ਔਰ ਹਰ ਵਾਰਡ ਦੇ ਵਿੱਚ ਕੁਤੇ ਨਾ ਕੁਤੇ ਕਾਰੇ ਹੋਏ ਕਰਦਾ ਹੈ ਉਸੀ ਤਹਿਤ ਅੱਜ ਇਸੀ ਗਲੀ ਦਾ ਜਿਹੜਾ ਹੈ ਉਹ 4.5 ਲੱਖ ਦਾ ਟੈਂਡਰ ਦਿੱਤਾ ਗਿਆ ਹੈ ਅਤੇ ਅਸੀਂ ਚੇਅਰਮੈਨ ਸਾਹਿਬ ਵੀ ਲੈ ਇੱਥੇ ਹਾਂ ਮੈਂ ਮੀਡੀਆ ਮਾਧਿਅਮ ਨਾਲ ਇੱਕ ਚੀਜ਼ ਆਖਣਾ ਚਾਹੁੰਦਾ ਕਿ ਇਹ ਜਿਹੜਾ ਕਾਰਜ ਹੈ ਅਗਰ ਇੱਕ ਪਲਾਨ 'ਚ ਇਕੱਠਾ ਹੋਵੇਗਾ ਤਾਂ ਮੈਨੂੰ ਲੱਗਦਾ ਕਿ ਲੋਕਾਂ ਦਾ ਸ਼ਿਕਵੇ ਵੀ ਜਿਹੜਾ ਉਹ ਦੂਰ ਹੋ ਜਾਣੇ ਟੋਟੇ